ਚਲੋ ਸਭ ਅੱਜ ਤੁਹਾਨੂੰ ਅਸੀਂ ਮੈਕਸੀਕੋ ਦਾ ਨਾਸ਼ਤਾ ਖਿਲਾ ਰਹੇ ਹਾਂ ਜਿਹਦਾ ਨਾਮ ਹੈਗਾ ਰੈਂਚੋਰਸ। ਮੈਕਸੀਕੋ ਦਾ ਨਾਸ਼ਤਾ ਰੈਂਚੋਰਸ, ਮੈਕਸੀਕੋ ਦਾ ਖਾਣਾ ਨਾਸ਼ਤਾ, ਕਿਆ ਬਾਤ ਹੈ ਜੀ। ਪਤਾ ਤਾਂ ਚੱਲੇ ਕਿ ਮੈਕਸੀਕੋ ਦੇ ਲੋਕ ਨਾਸ਼ਤਾ ਕਿਹੜਾ ਕਰਦੇ ਨੇ। ਮੈਂਚੋਰਸ, ਰੈਂਚੋਰਸ, 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 ਮੈਕਸੀਕੋ ਕੀ ਨਾਸ਼ਤਾ ਉਹਨਾਂ ਦਾ। ਕੰਡਾ ਲਾਂਦੇ ਨੇ ਤੇ ਉਹ ਖਾਂਦੇ ਖਾਂਦੇ ਜਿਹੜਾ ਇੱਕ ਹੱਥ ਟਿਸ਼ੂ ਪੇਪਰ ਤੇ ਜਾ ਕੇ ਗੱਡੀ ਦਾ ਬੂਹਾ ਖੋਲਿਆ, ਵਿੱਚ ਬੈਠੇ ਸਿੱਧਾ ਦਫ਼ਤਰ। ਨਾਸ਼ਤੇ ਤੇ ਕਾਫੀ ਕੀਤੇ ਨੇ, ਅਮਰੀਕਾ ਦੇ ਵੀ ਨਾਸ਼ਤੇ ਕੀਤੇ ਨੇ, ਲੇਕਿਨ ਮੈਕਸੀਕੋ ਦਾ ਨਾਸ਼ਤਾ ਨਾਮ ਹੀ ਜੀ ਮੈਂਚੋਰਸ ਕੀ ਹੋ ਸਕਦੀ ਡਿਸ਼, ਇਹ ਦੇਖੀ ਪਤਾ ਲੱਗੇਗਾ। ਪੇਸ਼ ਕੀਆ ਜਾਏ, ਭੁੱਖ ਲੱਗੀ ਹੋਈ ਹੈ। ਅੱਛਾ ਜੀ, ਇਹ ਨਾਸ਼ਤਾ ਮੈਕਸੀਕੋ ਦਾ ਮੈਂਚੋਰਸ, ਰੈਂਚੋਰਸ, ਰੈਂਚੋਰਸ, ਕੀ ਚੀਜ਼ ਹੈਗੀ ਹੈ। ਵਾਹ ਵਾਹ ਵਾਹ, ਰੈਸਕਿਊਰੀਚੂਰੀਅਨ, ਕਿਆ ਬਾਤ ਹੈ। ਇੰਝ ਲੱਗਦਾ ਜਿਸ ਤਰ੍ਹਾਂ ਗਾਜਰ ਦੇ ਹਲਵੇ ਦੇ ਉੱਤੇ ਮਲਾਈ ਪਾਈ ਹੋਈ ਹੈ। ਹਾਏ 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 ਹਾਏ, ਪਰੋਠੇ ਬਣਿਆ ਹੈ ਪੂਰਾ, ਵਿੱਚ ਅੰਡਾ ਕੱਚੇ ਰੱਖ ਦਿੱਤਾ ਹੈ ਤੋੜ ਕੇ। ਦੇਖ ਨਹੀਂ, ਚੇਂਜ ਲੱਗ ਰਿਹਾ ਜਿਸ ਤਰ੍ਹਾਂ ਕੋਈ ਸਮੁੰਦਰ ਦੇ ਵਿੱਚ ਜਜ਼ੀਰਾ ਨਿਕਲਿਆ ਅਤੇ ਉਹਦੇ ਆਲੇ ਦੁਆਲੇ ਫੁੱਲ ਉੱਗੇ ਨੇ। ਹਾਂਜੀ, ਇਹ ਮਲੱਪ ਬੈਠੇ ਨੇ ਸਾਡਾਂ ਦੇ। ਇਹ ਜੀ ਅੰਡਾ ਲੱਗਦਾ ਜੇ, ਅੰਡੇ ਦੇ ਵਿੱਚ ਜ਼ਰਦੀ ਵੀ ਹੈਗੀ, ਨਾਲ ਧਨੀਆ ਹੈਗਾ, ਇਹ ਲਾਲ ਲਾਲ ਪਤਾ ਨਹੀਂ ਕੀ ਹੈਗਾ ਜੀ। ਮੈਂ ਕਹਿੰਦਾ ਕਮਾਲ ਦਾ ਲੱਗ ਰਿਹਾ ਪਰੌਠਾ ਬਣਿਆ, ਛੋਟਾ ਜਿਹਾ ਉੱਤੇ ਹੈ, ਚਟਨੀਆਂ ਪਾਈਆਂ ਹੋਈਆਂ ਬਣਾ ਕੇ ਟਮਾਟਰਾਂ ਦੀਆਂ, ਪਿਆਜ਼ ਰੱਖਿਆ ਵਿੱਚ, ਅੰਡਾ ਫਰਾਈ ਕਰਕੇ ਰੱਖ ਦਿੱਤਾ ਅਤੇ ਵਿਚਕਾਰ ਇੱਕ ਪੀਲੀ ਜਿਹੀ ਕਿਸ਼ਤੀ ਜਿਹੀ ਨਿਕਲੀ ਹੈ ਅਤੇ ਸਾਈਡਾਂ ਦੇ ਉੱਤੇ ਫੁੱਲ ਬੂਟੀਆਂ ਮੱਛੀਆਂ ਤੈਰ ਰਹੀਆਂ ਨੇ। ਅਤੇ ਇਹ ਦੇਖੋ ਨਾ, ਇਹ ਦੇਖੋ, ਇੰਝ ਲੱਗਦਾ ਜਜ਼ੀਰੇ ਦੇ ਵਿੱਚ ਇੱਕ ਫੁੱਲ ਜਜ਼ੀਰਨੁਮਾ ਇੱਕ ਚੀਜ਼ ਨਿਕਲ ਆਈ। ਦੇਖੋ ਕਿ ਇਹ ਨਿੱਕੀ ਜਿਹੀ ਰੋਟੀ ਦੇ ਉੱਤੇ ਕਿੰਨੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਖਪਰਾ ਦਿੱਤੀਆਂ ਨੇ। ਮੈਨੂੰ ਕਹਿੰਦੇ ਨੇ ਕਿ ਲੋਟੀ 'ਚ ਦਰਿਆ ਬੰਦ ਕਰ ਲਿਆ, ਯਾਨੀ ਕਿ ਉੱਥੇ ਦਾ ਨਾਸ਼ਤਾ ਬੰਦਾ ਰੱਜ ਦਿੰਦਾ, ਸੁਬਹਾ ਨਾਸ਼ਤਾ ਕਰ ਲਵੇ ਅਤੇ ਦੁਪਹਿਰ ਤੱਕ ਉਹਦੀ ਭੁੱਖ ਬਰਕਰਾਰ ਰਹਿੰਦੀ, ਯਾਨੀ ਕਿ ਪੇਟ ਫੁੱਲ ਹੈ। ਥੱਲੇ ਮੇਰਾ ਖਿਆਲ ਰੋਟੀ ਰੱਖੀ ਹੋਈ ਹੈ, ਇਹ ਕਣਕ ਦੀ ਨਹੀਂ ਹੋਣੀ, ਇਹ ਮੇਰਾ ਖਿਆਲ ਹੈ ਕਿ ਉਹਦੀ ਹੋਣੀ ਕੀ ਕਹਿੰਦੇ ਛੱਲੀਆਂ ਦੀ। ਅਤੇ ਛੋਟੀ ਜਿਹੀ ਰੋਟੀ ਦੇ ਵਿੱਚ ਹੀ ਸਾਰਾ ਜਿਹੜਾ ਨਾਸ਼ਤਾ ਜਿਹੜਾ ਬੰਦ ਕਰਕੇ ਅਤੇ ਉਹ ਆ ਗਿਆ। ਅਤੇ ਮੇਰਾ ਖਿਆਲ ਹੈ ਕਿ ਉਹ 25-25-30-30 ਰੋਟੀਆਂ ਤਾਂ ਤੁਸੀਂ ਨਾਸ਼ਤੇ 'ਚ ਖਾਂਦੇ ਹੋਵੋਗੇ, ਕਿਉਂਕਿ ਇਹ ਤਾਂ ਤੁਹਾਡੀ ਇੱਕ ਬੁਰਕੀ ਬਣਦੀ ਹੋਣੀ ਹੈ। ਅੱਛਾ ਜੀ, ਫਿਰ ਉਹ ਖਾ ਕੇ ਵੇਖਦੇ ਕੀ ਚੀਜ਼, ਪਰੌਠਾ ਹੀ ਪੂਰਾ ਬਣਾਉਂਦੇ, ਮੇਰਾ ਤਰੀਕਾ ਕਹਿੰਦੇ ਆ ਇਹਨੇ ਖਾਣ ਦਾ। ਯਾਰ ਕਮਾਲ ਦੀ ਡਿਸ਼ ਹੈਗੀ, ਇਹ ਡਿਸ਼ ਜਿਹੜੀ ਹੱਥ ਦੇ ਵਿੱਚ ਆ ਗਈ, ਬਾਕੀ ਚਮਚ ਚੁਰੀਆਂ ਕਾਟੇ ਦੇਣ ਵਾਲੀ ਚੁੱਕ ਕੇ ਖਾਣੀ ਪੈਂਦੀ ਹੈ, ਕਮਾਲ ਦੀ ਚੀਜ਼ ਹੈਗੀ। ਬੜਾ ਮਜ਼ਾ ਆਇਆ, ਯਕੀਨ ਕਰੋ ਇਹ ਇੱਕ ਪਰਾਠਾ ਨਵਾਂ ਚੀਜ਼ ਹੈਗੀ ਹੈ। ਜਿਵੇਂ ਅੰਡਾ ਪਰਾਠਾ ਨਹੀਂ, ਅਸੀਂ ਕਹਿੰਦੇ ਯਾਰ ਅੰਡਾ ਪਰਾਠਾ ਲਾ ਦੇ, ਉਹਨਾਂ ਨੇ ਅੰਡਾ ਪਰਾਠਾ ਲਾ ਤਾ। ਬੜੀ ਮਜ਼ੇਦਾਰ ਹੈਗੀ ਜੀ। ਵਾਹ, ਯਾਰ ਕੀ ਚਟਨੀਆਂ ਦੇ ਮਜ਼ੇ, ਕਮਾਲ ਕਰਤੀ ਆ। ਟੇਸਟ ਮੈਨੂੰ ਮਿੱਠਾ ਮਿੱਠਾ ਵੀ ਲੱਗਾ, ਹਲਕਾ ਜਿਹਾ, ਲੇਕਿਨ ਸਪਾਈਸੀ ਵੀ ਹੈ, ਜ਼ਿਆਦਾਤਰ ਸਪਾਈਸੀ ਹੈ ਅਤੇ ਟਮਾਟਰਾਂ ਦਾ ਜ਼ਿਆਦਾ ਜ਼ਾਇਕਾ ਆਇਆ ਇਹਦੇ 'ਚ ਨਾ। ਜ਼ਾਇਕਾ ਇਹਦਾ ਬੜਾ ਮਜ਼ੇਦਾਰ ਹੈਗਾ ਜੀ। ਇਹ ਜਿਹੜਾ
ਇਹ ਲਾਲ ਲਾਲ ਤੁਸੀਂ ਦੇਖ ਰਹੇ ਹੋ ਨਾ, ਮੈਂ ਤਾਂ ਪਹਿਲੇ ਇਹ ਸਮਝਿਆ ਸੀ ਸ਼ਾਇਦ ਗਾਜਰਾਂ ਦਾ ਹਲਵਾ ਹੈ, ਪਰ ਜਦੋਂ ਖਾਧਾ ਤਾਂ ਪਤਾ ਚੱਲਿਆ ਕਿ ਇਹ ਜਿਹੜਾ ਇਹ ਉਹ ਨਹੀਂ ਹੁੰਦੇ ਭਾਈ ਪਿਆਦਰੀ, ਇਹ ਉਹਨਾਂ ਦਾ ਕੋਈ ਕੁਸ਼ਤਾ ਬਣਿਆ ਹੈ। ਜ਼ਾਇਕਾ ਬੜਾ ਮਜ਼ੇਦਾਰ ਲੱਗ ਰਿਹਾ। ਚਟਨੀ ਜਿਹੜੀ ਉੱਤੇ ਪਈ ਨਾ ਟਮਾਟਰ ਦੀ, ਉਹਦਾ ਮਜ਼ਾ ਆ ਰਿਹਾ। ਧਨੀਏ ਦਾ ਵੀ ਖੁਸ਼ਬੋ ਆ ਰਹੀ ਮੂੰਹ 'ਚੋਂ, ਉੱਤੋਂ ਪਿਆਜ਼ ਜੀ ਆ ਰਹੀ, ਉੱਤੋਂ ਅੰਡਾ, ਉਹ ਜਿਹੜਾ ਪਰੌਂਠਾ ਬਣਿਆ ਉਹਦਾ ਉਹਦਾ ਵੀ ਮਜ਼ਾ। ਇਹ ਪੰਜ ਛੇ ਹੁਣ ਤਾਂ ਰਾਣੇ ਦਾ ਨਾਸ਼ਤਾ ਹੁੰਦਾ, ਇੱਕ ਦਿਨ ਰਾਣੇ ਦਾ ਨਾਸ਼ਤਾ ਨਹੀਂ ਹੁੰਦਾ, ਇਹ ਸਾਡਾ ਇੱਕ ਨਵਾਲਾ ਹੈ। ਯਕੀਨ ਜਾਣੋ ਕਿ ਸਾਡੇ ਹੱਥ ਦੇ ਜਿਹੜੇ ਨਾਸ਼ਤੇ ਮਿਲਦੇ ਨੇ ਉਹ ਖਾ ਲਵੋ ਤੁਸੀਂ, ਅਤੇ ਯਕੀਨ ਜਾਣੋ ਕਿ ਨਾਸ਼ਤਾ ਕਰਕੇ ਬੰਦਾ ਤਿੰਨ ਤਿੰਨ ਦਿਨ ਸੁੱਤਾ ਪਿਆ ਹੀ ਨਹੀਂ ਉੱਠਦਾ। ਅਤੇ ਹੁਣ ਪਤਾ ਨਹੀਂ ਚੀਜ਼ ਪਈ ਹੈ ਕੀ ਹੈ ਸਫੇਦ ਸਫੇਦ। ਇਹਨੂੰ ਇੱਦਾਂ ਨਹੀਂ ਖਾਣਾ ਚਾਹੀਦਾ, ਇਹਨੂੰ ਇੱਦਾਂ ਘੁਮਾ ਕੇ ਨਾ ਇੱਦਾਂ ਕਰਕੇ ਸ਼ਵਾਰਮਾ ਬਣਾ ਕੇ ਖਾਣਾ ਚਾਹੀਦਾ। ਇਹ ਛੋਟਾ ਜਿਹਾ ਨਾਸ਼ਤਾ ਹੈ, ਨਾ ਕੋਈ ਇਹਦੇ 'ਤੇ ਕੋਈ ਮਿਹਨਤ ਲੱਗੇ, ਨਾ ਇਸ ਤੋਂ ਬਾਅਦ ਨੀਂਦਰ ਆਵੇ, ਅਤੇ ਇਹ ਤਾਂ ਜਿਹੜੀ ਮੇਰਾ ਖਿਆਲ ਹੈ ਖਾ ਕੇ ਤਾਂ ਬੰਦਾ ਉਂਝ ਹੀ ਨਹੀਂ ਕਿਤੇ ਸੌਂਦਾ ਹੋਏਗਾ। ਹਾਂਜੀ, ਬੜੇ ਬੜੇ ਨਾਸ਼ਤੇ ਕੀਤੇ, ਅਮਰੀਕਾ ਦੇ ਵੀ ਕੀਤਾ, ਬੜੇ ਬੜੇ ਮੁਲਕਾਂ ਦੇ ਨਾਸ਼ਤੇ, ਮੈਕਸੀਕੋ ਦਾ ਵੀ ਨਾਸ਼ਤਾ ਕਰ ਰਹੇ ਮੈਂ ਅੱਜ ਬੈਠਾ, ਕੀ ਮਜ਼ਾ ਆ ਰਿਹਾ। ਜਿਹੜੇ ਜਿਹੜੇ ਨਾਸ਼ਤੇ ਕੀਤੇ ਨੇ, ਇੱਕ ਤੋਂ ਇੱਕ ਵੱਧ ਵੱਧ ਕੇ ਨਾਸ਼ਤਾ ਆਇਆ ਅੱਗੇ, ਇਹ ਇੱਕ ਵੱਖਰੀ ਚੀਜ਼ ਬਣੀ, ਵੱਖਰੀ ਡਿਸ਼ ਹੈਗੀ। ਇਹ ਇੱਦਾਂ ਕਰਕੇ ਮੈਂ ਤਾਂ ਮੈਕਸੀਕੋ ਦੇ ਲੋਕਾਂ ਦਾ ਪਹਿਲਾਂ ਹੀ ਬੜਾ ਦੀਵਾਨਾ ਹੈਗਾ ਕਿ ਉਹ ਬੜੀਆਂ ਬੜੀਆਂ ਅੱਛੀਆਂ ਚੀਜ਼ਾਂ ਖਾਂਦੇ ਨੇ, ਅਤੇ ਫਿਰ ਸੁਬਾਹ ਉੱਠ ਕੇ ਐਡਾ ਸਿਹਤਮੰਦ ਨਾਸ਼ਤਾ ਕਰਦੇ ਹੋ ਤੁਸੀਂ ਕਿ ਜਿਹੜਾ ਜਿਸਮ ਦੇ ਵਿੱਚ ਹਰ ਤਰ੍ਹਾਂ ਦੀ ਜਿਹੜੀ ਕਮਜ਼ੋਰੀ ਪਾਈ ਜਾਂਦੀ ਉਹਨੂੰ ਦੂਰ ਕਰ ਦਿੰਦਾ, ਤੁਹਾਡਾ ਤਾਂ ਲੱਕ ਵੀ ਨਹੀਂ ਦਰਦ ਕਰਦਾ ਹੋਏਗਾ ਯਾਰ। ਲੱਗਦਾ ਲੋਬੀਆ ਵੀ ਪਾਇਆ, ਲੋਬੀਆ ਦਾ ਵੀ ਮਜ਼ਾ ਆਉਣ ਲੱਗ ਪਿਆ। ਐਸਾ ਸੋਹਣਾ ਲੱਗ ਰਿਹਾ, ਹੱਥ 'ਚ ਰੱਖ ਕੇ ਖਾਓ, ਹਰ ਚੀਜ਼ ਦੇ ਮਜ਼ੇ ਆ ਰਹੇ। ਮੈਨੂੰ ਲੋਬੀਆ ਦੀ ਵੀ ਵਿੱਚ ਖੁਸ਼ਬੂ ਆ ਰਹੀ ਹੈ, ਪਤਾ ਲੋਬੀਆ ਵੀ ਵਿੱਚ ਪਾਇਆ। ਅਤੇ ਵੈਸੇ ਮੇਰੀ ਤਾਂ ਸਲਾਹ ਇਹੋ ਹੀ ਗਈ ਹੈ ਕਿ ਇੱਕ ਰੋਟੀ ਇਹਦੇ ਉੱਤੇ ਵੀ ਮੂਦੀ ਮਾਰ ਲਿਆ ਕਰੋ, ਮੁੜ ਕੇ ਛੁਰੀ ਨਾਲ ਕੱਟ ਕੇ ਕੋਈ ਚਾਰ ਕੁ ਪੀਸ ਕੀਤੇ, ਇੱਕ ਇੱਕ ਪੀਸ ਕਰਕੇ ਖਾ ਕੇ ਅਤੇ ਮੁੜ ਕੇ ਕੰਮਾਂ ਕਾਰਾਂ 'ਤੇ ਚਲੇ ਗਏ। ਥੋੜ੍ਹਾ ਜਿਹਾ ਨਾਸ਼ਤਾ ਬਣਾਉਣ ਵਾਸਤੇ ਠੀਕ ਹੈ, ਕਮਾਲ ਚੀਜ਼ ਇਹ ਹੋਇਆ, ਨਾਸ਼ਤਾ ਕਰਨ ਦਾ ਮਜ਼ਾ ਆਉਂਦਾ ਬੰਦੇ ਨੂੰ ਕਰਨ ਦਾ, ਕਮਾਲ ਹੈ। ਇਹ ਜਿੱਥੇ ਤੋਤਾ ਬ੍ਰੈਡ ਹੈਗੀ ਹੈ ਨਾ, ਇਹਦੇ ਕੋਲੋਂ ਲੋਬੀਏ ਦਾ ਵੀ ਜ਼ਾਇਕਾ ਆ ਰਿਹਾ ਲੱਗਦਾ, ਜਿਹੜਾ ਨਾ ਲੋਬੀ ਇਹਨਾਂ ਨੇ ਉਬਾਲ ਕੇ ਅਤੇ ਪੀਸ ਕੇ ਪਾਇਆ ਹੈ। ਮੁੰਡਾ ਡੁੱਲਣ ਲੱਗ ਪਿਆ ਜੀ, ਓਹੋ ਅਸੀਂ ਇੱਦਾਂ ਖਾ ਲੈਂਦੇ ਹਾਂ, ਇਹ ਪੰਜਾਬੀ ਬੰਦੇ ਅਸੀਂ ਕੋਈ ਸ਼ੈ ਨਹੀਂ ਛੱਡਦੇ, ਸਭ ਕੁਝ ਰਗੜ ਰੁਗੜ ਜਾਂਦੇ ਹਾਂ। ਬਾਕੀ ਗੱਲਾਂ ਦੀਆਂ ਗੱਲਾਂ, ਚਟਨੀਆਂ ਬੜੀਆਂ ਮਜ਼ੇਦਾਰ ਉੱਤੇ ਪਈਆਂ ਹੀ ਆ, ਕਮਾਲ ਦੇ ਜ਼ਾਇਕਾ ਬਣ ਗਿਆ। ਯਕੀਨ ਜਾਣੋ ਦੇਖਣ ਨਹੀਂ ਤੇ ਚੰਬੇਲੀ ਦਾ ਫੁੱਲ ਹੀ ਲੱਗ ਰਿਹਾ ਸੀ, ਪਰ ਖਾ ਨਹੀਂ ਚਿੱਕਦੇ ਹਾਂਜੀ, ਜਿਸ ਤਰ੍ਹਾਂ ਇਹ ਗੋਭੀ ਦਾ ਫੁੱਲ ਹੀ ਹੈਗਾ। ਮੈਕਸੀਕੋ ਵਾਲੇ ਲੋਕ ਕਿੱਡੇ ਮਜ਼ੇ ਲੈ ਲੈ ਕੇ ਨਾਸ਼ਤਾ ਕਰਦੇ ਨੇ, ਅਤੇ ਉਹਨਾਂ ਦੇ ਹੋਰ ਵੀ ਇਸ ਤਰੀਕੇ ਦੇ ਨਾਸ਼ਤੇ ਹੋਣੇ ਨੇ ਤਰੀਕੇ, ਇਹ ਤਾਂ ਖਾਲੀ ਇੱਕ ਡਿਸ਼ ਦੇ ਕੀਮ ਹੈ। ਅਤੇ ਯਾਰ ਕਿੰਨਾ ਮਜ਼ਾ ਲੈ ਰਹੇ ਤੁਸੀਂ, ਵੈਰੀ ਗੁੱਡ, ਬਹੁਤ ਅੱਛਾ ਲੱਗਾ ਮਨ, ਬਹੁਤ ਮਜ਼ਾ ਆਇਆ। ਚੈਨਲ ਨੂੰ ਸਾਡੇ ਤੁਸੀਂ ਸਬਸਕ੍ਰਾਈਬ ਕਰੋ, ਬੈਲ ਆਈਕਨ ਦਬਾਓ, ਆਪਣੇ ਦੋਸਤਾਂ ਨੂੰ ਸ਼ੇਅਰ ਕਰੋ, ਆਪਣੀ ਸਿਹਤ ਦਾ ਖਿਆਲ ਰੱਖੋ, ਇਸ ਤਰ੍ਹਾਂ ਦੇ ਨਾਸ਼ਤੇ ਕਰੋ, ਅਤੇ ਸਾਨੂੰ ਫਿਰ ਇਜਾਜ਼ਤ ਦਿਓ, ਇਨਸ਼ਾਅੱਲਾ ਫਿਰ ਮੁਲਾਕਾਤ ਹੋਏਗੀ। ਅੱਲਾ ਹਾਫਿਜ਼।